ਦੇ ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਗੁਰਮੁਖੀ ਦੀ ਦੂਸਰੀਆਂ ਲਿਪੀਆਂ ਨਾਲ ਤੁਲਨਾ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਹ ਕਿਸ ਤਰੀਕੇ ਨਾਲ ਅਨੁਕੂਲ ਹੈ ਹੁਣ ਜਿਹੜਾ ਅਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੁਰਮੁਖੀ ਲਿਪੀ ਦੀ ਅਨੁਕੂਲਤਾ ਬਾਰੇ ਪੜਿਆ ਸੀ ਉਹਦੇ ਤੋਂ ਇਹ ਸਾਨੂੰ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦੇ ਲਈ ਜਿਹੜੀ ਗੁਰਮੁਖੀ ਲਿਪੀ ਹੈ ਉਹ ਸਭ ਤੋਂ ਜ਼ਿਆਦਾ ਠੁਕਮੀ ਹੈ ਸਭ ਤੋਂ ਜ਼ਿਆਦਾ ਵਧੀਆ ਬੈਸਟ ਹੈ ਪਰ ਜੇਕਰ ਅਸੀਂ ਜਿਹੜੀਆਂ ਦੂਸਰੀਆਂ ਪ੍ਰਚਲਿਤ ਲਿਪੀਆਂ ਨੇ ਜਿਹੜੀਆਂ ਲਿਪੀਆਂ ਹੋਰ ਚੱਲ ਰਹੀਆਂ ਨੇ ਉਹਨਾਂ ਨਾਲ ਇਹਨੂੰ ਕੰਪੇਅਰ ਕਰੀਏ ਦੀ ਤੁਲਨਾ ਕਰੀਏ ਤਾਂ ਸਾਨੂੰ ਇਹ ਗੱਲ ਹੋਰ ਵੀ ਕਲੀਅਰ ਹੋ ਜੇਗੀ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਹ ਬਾਕੀ ਲਿਪੀਆਂ ਦੇ ਕੰਪੈਰੀਟਿਵ ਜ਼ਿਆਦਾ ਬੈਸਟ ਹੈ ਪੰਜਾਬੀ ਲਿਖਣ ਦੇ ਲਈ ਫਸਟ ਇਹਦੇ ਵਿੱਚ ਹੈ ਜਿਹੜੀ ਰੋਮਨ ਲਿਪੀ ਨਾਲ ਤੁਲਨਾ ਹੁਣ ਅਸੀਂ ਰੋਮਨ ਲਿਪੀ ਜਿਹੜੀ ਕਿ ਅੰਗਰੇਜ਼ੀ ਭਾਸ਼ਾ ਨੂੰ ਲਿਖਣ ਦੇ ਲਈ ਵਰਤੀ ਜਾਂਦੀ ਹੈ ਉਹਦੇ ਨਾਲ ਜਦੋਂ ਅਸੀਂ ਕੰਪੇਅਰ ਕਰਾਂਗੇ ਤਾਂ ਸਾਨੂੰ ਇਹ ਸਮਝ ਆਏਗਾ ਕਿ ਜਿਹੜੀ ਗੁਰਮੁਖੀ ਹੈ ਉਹੀ ਪੰਜਾਬੀ ਲਿਖਣ ਦੇ ਲਈ ਜ਼ਿਆਦਾ ਵਧੀਆ ਹੈ ਹੁਣ ਅੰਗਰੇਜ਼ਾਂ ਨੇ ਪੰਜਾਬੀ ਭਾਸ਼ਾ ਨੂੰ ਰੋਮਨ ਲਿਪੀ ਵਿੱਚ ਲਿਖਣ ਦੀ ਕੁਝ ਵਕਾਲਤ ਕੀਤੀ ਸੀ ਮੀਨਸ ਕਿਹਾ ਸੀ ਪਰ ਕੋਈ ਵੀ ਜਿਹੜੇ ਪੰਜਾਬੀ ਪੁਸਤਕਾ ਰੋਮਨ ਲਿਪੀ ਦੇ ਵਿੱਚ ਲਿਖੀ ਹੋਈ ਨਹੀਂ ਮਿਲਦੀ ਹੁਣ ਕਿਹੜੇ ਕਾਰਨਾ ਕਰਕੇ ਜਿਹੜੀ ਰੋਮਨ ਲਿਪੀ ਹੈ ਉਹ ਟੁਕਮੀ ਨਹੀਂ ਹੈਗੀ ਗੁਰਮੁਖੀ ਲਿਪੀ ਵਿੱਚ ਪੰਜਾਬੀ ਦੇ ਜਿਹੜੇ ਵਿਸ਼ੇਸ਼ ਧੁਨੀਆਂ ਨੇ ਉਹਦੇ ਲਈ 41 ਨਿਸ਼ਚਿਤ ਧੁਨੀ ਗ੍ਰਾਮ ਨੇ ਮੀਨਸ 41 ਜਿਹੜੇ ਅੱਖਰ ਨੇ ਜਦਕਿ ਰੋਮਨ ਲਿਪੀ ਉਹਦੇ ਵਿੱਚ ਸਿਰਫ 26 ਅੱਖਰ ਨੇ ਪੰਜਾਬੀ ਦੇ ਵਿੱਚ ਜੇ ਅਸੀਂ ਗੁਰਮੁਖੀ ਲਿਪੀ ਦੇ ਵਿੱਚ ਕਹਿੰਦੇ ਆ ਵੀ 41 ਅੱਖਰ ਆਉਂਦੇ ਨੇ ਤੇ ਰੋਮਨ ਲਿਪੀ ਦੇ A to Z ਸਿਰਫ 26 ਅੱਖਰ ਹੀ ਸ਼ਾਮਿਲ ਨੇ ਗੁਰਮੁਖੀ ਲਿਪੀ ਵਿੱਚ ਇੱਕ ਧੁਨੀ ਲਈ ਇੱਕੋ ਚਿੰਨ ਹੈ ਮੈਂ ਜਦੋਂ ਅਸੀਂ ਕਿਸੇ ਇੱਕ ਧੁਨੀ ਦੀ ਵਰਤੋਂ ਕਰਨੀ ਤਾਂ ਉਹਦੇ ਲਈ ਇੱਕ ਹੀ ਚਿੰਨ ਵਰਤਿਆ ਜਾਏਗਾ ਪਰ ਜਦੋਂ ਰੋਮਨ ਲਿਪੀ ਦੇ ਵਿੱਚ ਅਸੀਂ ਦੇਖਦੇ ਆ ਤਾਂ ਉੱਥੇ ਇੱਕ ਹੀ ਧੁਨੀ ਦੇ ਲਈ ਦੋ ਜਾਂ ਦੋ ਤੋਂ ਵੱਧ ਚਿੰਨ ਨੇ ਜਿਵੇਂ ਅਸੀਂ ਕ ਦੀ ਆਵਾਜ਼ ਜਦੋਂ ਕੱਢਣੀ ਹੈ ਤਾਂ ਉੱਥੇ K ਵੀ ਵਰਤੇ ਜਾ ਸਕਦਾ ਹੈ ਕਈ ਥਾਂ ਤੇ L ਵੀ ਤੇ Q ਵੀ ਸਾਇਦ ਇਹਨਾਂ ਨੂੰ ਕੀ ਹੋਏਗਾ ਸੌਰੀ ਸੀ ਸੀ ਵੀ ਕਈ ਵਾਰ ਕੱਕੇ ਦੀ ਆਵਾਜ਼ ਦਿੰਦਾ ਜਿਵੇਂ ਸੀ ਡਬਲ ਓ ਕੇ ਕੁੱਕ ਠੀਕ ਹੈ ਜੀ ਕੱਕੇ ਦੀ ਧੁਨੀ ਦੇ ਲਈ ਕੇ ਸੀ ਤੇ ਕਿਊ ਅੱਖਰ ਆਉਂਦੇ ਨੇ ਨੈਕਸਟ ਹੈ ਪੰਜਾਬੀ ਦੇਆਂ ਕੁਝ ਜਿਹੜੀਆਂ ਧੁਨੀਆਂ ਨੇ ਉਹਦੇ ਲਈ ਇੱਕ ਵਿਸ਼ੇਸ਼ ਅੱਖਰ ਨਹੀਂ ਹੈ ਸਗੋਂ ਦੋ ਜਾਂ ਵੱਧ ਅੱਖਰ ਜੋੜੇ ਜਾਂਦੇ ਨੇ ਜਿਵੇਂ ਕਿ ਅਸੀਂ ਜੇ ਦੱਦਾ ਲਿਖਣਾ ਹੈ ਤਾਂ ਉਹਦੇ ਲਈ ਰੋਮਨ ਦੇ ਵਿੱਚ ਲਿਖਿਆ ਜਾਏਗਾ ਡੀ ਐਚ ਪਰ ਜਿਹੜੀ ਗੁਰਮੁਖੀ ਉਹਦੇ ਵਿੱਚ ਇਕੱਲਾ ਦਦਾ ਤੇ ਜੇਕਰ ਅਸੀਂ ਥੱਥਾ ਲਿਖਣਾ ਹੈ ਤਾਂ ਰੋਮਨ ਦੇ ਵਿੱਚ ਲਿਖਿਆ ਜਾਏਗਾ TH ਤੇ ਇਸ ਕਰਕੇ ਜਿਹੜੀ ਪੰਜਾਬੀ ਦੀਆਂ ਕੁਝ ਧੁਨੀਆਂ ਨੇ ਉਹਦੇ ਲਈ ਕੋਈ ਇੱਕ ਜਿਹੜਾ ਵਿਸ਼ੇਸ਼ ਅੱਖਰ ਨਹੀਂ ਸਾਨੂੰ ਮਿਲਦਾ ਰੋਮਨ ਦੇ ਵਿੱਚ ਸਗੋਂ ਜਿਹੜੇ ਦੋ ਅੱਖਰ ਨੇ ਉਹਨਾਂ ਨੂੰ ਜੋੜ ਕੇ ਜਿਹੜੀ ਧੁਨੀ ਆ ਉਹ ਬਣਦੀ ਹੈ ਫਿਰ ਇਹ ਰੋਮਨ ਲਿਪੀ ਦੇ ਵਿੱਚ ਕਈ ਅੱਖਰ ਉਚਾਰੇ ਨਹੀਂ ਜਾਂਦੇ ਮਿੰਦੇ ਜਿਵੇਂ ਕਿ ਜਿੰਨوں ਨੂੰ ਤੁਸੀਂ ਕਹਿੰਨੇ ਕਿ ਸਾਇਲੈਂਟ ਰਹਿ ਜਾਂਦੇ ਨੇ ਜਿਵੇਂ ਕਿ ਨਾਈਫ ਦੇ ਵਿੱਚ ਦੇਖੋ ਕਿਹ ਸਾਇਲੈਂਟ ਹੁੰਦਾ ਤੇ ਸਾਈਕੋਲੋਜੀ ਦੇ ਵਿੱਚ ਪੀ ਸਾਇਲੈਂਟ ਹੈ ਇਸ ਕਰਕੇ ਜਿਹੜੇ ਅਸੀਂ ਗੁਰਮੁਖੀ ਲਿਪੀ ਦੀ ਗੱਲ ਕਰਦੇ ਹਾਂ ਉੱਥੇ ਕੋਈ ਵੀ ਜਿਹੜਾ ਅੱਖਰ ਹੈ ਸਾਇਲੈਂਟ ਨਹੀਂ ਹੁੰਦਾ ਤੇ ਰੋਮਨ ਲਿਖੀ ਲਿਪੀ ਵਾਲੇ ਜਿਹੜੇ ਅੱਖਰ ਨੇ ਉਹ ਇੱਥੇ ਸੂਟੇਬਲ ਨਹੀਂ ਹੈਗੇ ਫਿਰ ਜਿਹੜੇ ਰੋਮਨ ਸਵਰ ਨੇ ਉਹਨਾਂ ਦਾ ਉਚਾਰਨ ਵੀ ਸਥਿਰ ਨਹੀਂ ਹੈ ਜਿਵੇਂ ਕਿ ਜਿਹੜੀ ਆਈ ਹੈ ਉਹਨੂੰ ਕਦੇ ਅਸੀਂ ਸਿਹਾਰੀ ਦੇ ਲਈ ਵਰਤਦੇ ਆਂ ਕਦੇ ਉਹਨੂੰ ਬਿਹਾਰੀ ਦੇ ਲਈ ਵਰਤ ਲੈਂਦੇ ਆਂ ਤੇਵੇਂ ਜਿਹੜੀ ਈ ਐ ਉਹਨੂੰ ਕਦੇ ਲਾਂ ਦੇ ਲਈ ਤੇ ਕਦੇ ਦੁਲਾਂ ਦਾ ਕੰਮ ਲੈਂਦੀ ਐ ਮੀਨ ਜਿਹੋ ਜਿਹਾ ਅੱਖਰ ਲਿਖਿਆ ਹੋਏਗਾ ਵਰਡ ਲਿਖਿਆ ਹੋਏਗਾ ਉਹਦੇ ਅਕੋਰਡਿੰਗ ਜਿਹੜਾ ਆਈ ਤੇ ਈ ਦਾ ਜਿਹੜਾ ਮਾਤਰਾਵਾਂ ਨੇ ਉਹ ਉੱਥੇ ਬਦਲਦੀਆਂ ਰਹਿੰਦੀਆਂ ਨੇ ਬਟ ਪੰਜਾਬ ਜਿਹੜੀ ਗੁਰਮੁਖੀ ਲਿਪੀ ਇਹਦੇ ਵਿੱਚ ਕੀ ਹੁੰਦਾ ਹੈ ਹੁਣ ਸਿਹਾਰੀ ਦੇ ਲਈ ਸਿਰਫ ਸਿਹਾਰੀ ਹੀ ਵਰਤੀ ਜਾਏਗੀ ਕੋਈ ਜਿਹੜਾ ਹੋਰ ਚਿੰਨ ਹੈ ਉਹਦੀ ਵਰਤੋਂ ਨਹੀਂ ਹੋਏਗੀ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਰੋਮਨ ਲਿਪੀ ਹੈ ਉਹ ਪੰਜਾਬੀ ਭਾਸ਼ਾ ਦੇ ਲਈ ਟੁਕਮੀ ਨਹੀਂ ਹੈ ਹੁਣ ਅਸੀਂ ਗੱਲ ਕਰਾਂਗੇ ਦੇਵਨਾਗਰੀ ਲਿਪੀ ਦੇ ਨਾਲ ਇਹਨੂੰ ਤੁਲਨਾ ਕਿ ਦੇਵਨਾਗਰੀ ਲਿਪੀ ਕਿਉਂ ਸੂਟੇਬਲ ਨਹੀਂ ਹੈ ਹਿੰਦੀ ਭਾਸ਼ਾ ਨੂੰ ਲਿਖਣ ਦੇ ਲਈ ਜਿਹੜੀ ਦੇਵਨਾਗਰੀ ਲਿਪੀ ਆ ਉਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਜਿਹੜੇ ਲੇਖਕ ਨੇ ਤੇ ਵਿਦਵਾਨ ਨੇ ਉਹਨਾਂ ਨੇ ਸਮੇਂ-ਸਮੇਂ ਤੇ ਜਿਹੜੀ ਪੰਜਾਬੀ ਭਾਸ਼ਾ ਉਹਨੂੰ ਲਿਖਣ ਦੇ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕਰਨ ਦੇ ਉੱਪਰ ਜ਼ੋਰ ਦਿੱਤਾ ਪਰ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਜਿਹੜੀ ਦੇਵਨਾਗਰੀ ਲਿਪੀ ਆ ਉਹ ਪੰਜਾਬੀ ਲਿਖਣ ਦੇ ਲਈ ਟੁਕਮੀ ਨਹੀਂ ਹੈ ਪਹਿਲਾਂ ਦੇ ਵਿੱਚ ਵੀ ਪੰਜਾਬੀ ਦੀਆਂ ਧੁਨੀਆਂ 41 ਨੇ ਜਰਕੇ ਜਿਹੜੀ ਦੇਵਨਾਗਰੀ ਲਿਪੀ ਹੈ ਉਹਦੇ ਵਿੱਚ 55 ਅੱਖਰ ਨੇ ਹੁਣ 41 ਤੇ 52 ਦੇ ਵਿੱਚ ਸਿੱਧਾ ਤੁਸੀਂ ਦੇਖ ਲਓ 11 ਦਾ ਫਰਕ ਆ ਜਾਂਦਾ ਹੈ ਫਿਰ ਦੇਵਨਾਗਰੀ ਦੇ ਜਿਹੜੇ ਅੱਖਰ ਨੇ ਦੇਖੋ ਕਸ਼ੈ ਗੈ ਤਿਤ੍ਰੈ ਇਹਨਾਂ ਚਿੰਨਾਂ ਦੀ ਪੰਜਾਬੀ ਦੇ ਵਿੱਚ ਕੋਈ ਥਾਂ ਨਹੀਂ ਮੀਨਜ਼ ਕੋਈ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤੇ ਜਾਂਦੇ ਕਸ਼ੈ ਅਗੈ ਤੇ ਤ੍ਰੈ ਦੇਵਨਾਗਰੀ ਵਿੱਚ ਕਈ ਦੁੱਤ ਅੱਖਰ ਹਨ ਜਦਕਿ ਗੁਰਮੁਖੀ ਦੇ ਵਿੱਚ ਅਸੀਂ ਸਿਰਫ ਅੱਧਕ ਦੀ ਵਰਤੋਂ ਕਰਦੇ ਹਾਂ ਹੁਣ ਦੁੱਤ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੇਵਨਾਗਰੀ ਦੇ ਵਿੱਚ ਬਟ ਗੁਰਮੁਖੀ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਅੱਖਰ ਤੇ ਬਲ ਦੇ ਕੇ ਬੋਲਣਾ ਤਾਂ ਉਥੇ ਅਸੀਂ ਅੱਧਕ ਦੀ ਵਰਤੋਂ ਕਰਦੇ ਆਂ ਫਿਰ ਦੇਵਨਾਗਰੀ ਦੇ ਵਿੱਚ ਕਈ ਸੰਯੁਕਤ ਵਿਅੰਜਨ ਵੀ ਵਰਤੇ ਜਾਂਦੇ ਨੇ ਜਰਮਖੇ ਜਿਹੜੀ ਗੁਰਮੁਖੀ ਲਿਪੀ ਹੈ ਇਹਦੇ ਵਿੱਚ ਇਹਦੀ ਥਾਂ ਤੇ ਸਿਰਫ ਅਸੀਂ ਹਾ ਹਾ ਰਾਰਾ ਤੇ ਵਾਵਾ ਨੂੰ ਪੈਰ ਦੇ ਵਿੱਚ ਪਾ ਕੇ ਲਿਖ ਦਿਆਂ ਸੰਯੁਕਤ ਵਿਅੰਜਨਾਂ ਜਿਹੜੀ ਵਰਤੋਂ ਆ ਉਹ ਨਹੀਂ ਹੈਗੀ ਫਿਰ ਹਿੰਦੀ ਤੇ ਪੰਜਾਬੀ ਜਿਹੜੀ ਭਾਸ਼ਾ ਉਹਦੇ ਵਿੱਚ ਸੁਰ ਤੇ ਬਲ ਦੇ ਉਚਾਰਨ ਦਾ ਕਾਫੀ ਅੰਤਰ ਹੈ ਹੁਣ ਜਦੋਂ ਅਸੀਂ ਹਿੰਦੀ ਬੋਲਦੇ ਹਾਂ ਤੇ ਪੰਜਾਬੀ ਬੋਲਦੇ ਆਂ ਤਾਂ ਬਹੁਤ ਸਾਰੇ ਜਿਹੜੇ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਅਸੀਂ ਸੁਰਤੇ ਬਲਦੇ ਕਿ ਬੋਲਦੇ ਆ ਪੰਜਾਬੀ ਦੇ ਵਿੱਚ ਬਟ ਹਿੰਦੀ ਦੇ ਵਿੱਚ ਉਹਨਾਂ ਨੂੰ ਉਹਨਾਂ ਸੁਰਤੇ ਬਲ ਦੇ ਨਾਲ ਨਹੀਂ ਬੋਲਿਆ ਜਾਂਦਾ ਇਸ ਕਰਕੇ ਜਿਹੜੀ ਦੇਵਨਾਗਰੀ ਲਿਪੀ ਆ ਉਹ ਪੰਜਾਬੀ ਭਾਸ਼ਾ ਦੇ ਲਈ ਅਟੁਕਵੀਂ ਆ ਹੁਣ ਅਸੀਂ ਫਾਰਸੀ ਭਾਸ਼ਾ ਦੇ ਨਾਲ ਇਹਦੀ ਜਿਹੜੀ ਤੁਲਨਾ ਆ ਉਹ ਕਰਾਂਗੇ ਹੁਣ ਜਿਹੜੇ ਧਾਰਮਿਕ ਤੇ ਰਾਜਨੀਤਿਕ ਸੰਕੀਰਣਵਿੰਜ ਸੌਰੀ ਦ੍ਰਿਸ਼ਟੀ ਦੇ ਕਾਰਨ ਪੰਜਾਬੀ ਭਾਸ਼ਾ ਉਹਨੂੰ ਮੱਧਕਾਲ ਦੇ ਵਿੱਚ ਤੇ ਹੁਣ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੀ ਫਾਰਸੀ ਲਿਪੀ ਹੈ ਮੀਨ ਜ ਸ਼ਾ ਮੁਖੀ ਦੇ ਵਿੱਚ ਲਿਖਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਬਟ ਜਿਹੜੀ ਗੁਰਮੁਖੀ ਲਿਪੀ ਹੈ ਉਹਦੀ ਤੁਲਨਾ ਵਿੱਚ ਜਿਹੜੀ ਫਾਰਸੀ ਲਿਪੀ ਹੈ ਉਹ ਘੱਟ ਸਾਰਥਕ ਤੇ ਟੁਕਮੀ ਹੈ ਇਹ ਸਾਨੂੰ ਗੱਲਾਂ ਇਸ ਤੋਂ ਪਤਾ ਲੱਗਣੀਆਂ ਕਿ ਕਿਉਂ ਜਿਹੜੀ ਟੁਕਮੀ ਨਹੀਂ ਹੈ ਫਾਰਸੀ ਲਿਪੀ ਦਾ ਜਿਹੜਾ ਨਿਰਮਾਣ ਹੈ ਉਹ ਉਰਦੂ ਭਾਸ਼ਾ ਦੀਆਂ ਧੁਨੀਆਂ ਤੇ ਵਿਆਕਰਨ ਦੇ ਹੀ ਅਨੁਕੂਲ ਹੈ ਮੀਨ ਜਿਹੜੀ ਫਾਰਸੀ ਲਿਪੀ ਹੈ ਉਹ ਉਰਦੂ ਭਾਸ਼ਾ ਦੀਆਂ ਧੁਨੀਆਂ ਦੇ ਅਨਸਾਰ ਹੈ ਤੇ ਉਹਦੀ ਵਿਆਕਰਨ ਦੇ ਹੀ ਅਕੋਰਡਿੰਗ ਹੈ ਫਿਰ ਪੰਜਾਬੀ ਭਾਸ਼ਾ ਦੇ ਵਿੱਚ 41 ਧੁਨੀਆਂ ਨੇ ਜਦਕਿ ਜਿਹੜੀ ਫਾਰਸੀ ਉਹਦੇ ਵਿੱਚ 30 ਅੱਖਰ ਨੇ 30 ਧੁਨੀਆਂ ਨੇ ਗੁਰਮੁਖੀ ਲਿਪੀ ਵਿੱਚ ਹਰੇਕ ਧੁਨੀ ਦੇ ਲਈ ਵੱਖਰਾ ਚਿੰਨ ਹੈ ਜਦਕਿ ਜਿਹੜੀ ਫਾਰਸੀ ਹੈ ਉਹਦੇ ਵਿੱਚ ਇੱਕ ਧੁਨੀ ਦੇ ਲਈ ਵੱਧ ਅੱਖਰ ਨੇ ਜਿਵੇਂ ਸ ਧੁਨੀ ਦੇ ਲਈ ਸ ਸਵਾਦ ਸੀਨ ਕੱਲਾ ਸਸਾ ਧੁਨੀ ਦੇ ਲਈ ਅਸੀਂ ਕੱਲਾ ਸਸਾ ਵਰਤਾਂਗੇ ਤੇ ਫਾਰਸੀ ਦੇ ਵਿੱਚ ਸ ਸਵਾਦ ਸੀਨ ਇਹ ਤਿੰਨੂੰ ਸਸੇ ਦੇ ਲਈ ਵਰਤੇ ਜਾਣਗੇ ਫਿਰ ਫਾਰਸੀ ਦੇ ਵਿੱਚ ਕੁਝ ਜਿਹੜੀਆਂ ਧੁਨੀਆਂ ਨੇ ਉਹਨਾਂ ਲਈ ਅੱਖਰ ਨਿਸ਼ਚਿਤ ਨਹੀਂ ਹੈਗੇ ਜਿਵੇਂ ਕਿ ਫਫਾ ਧੱਦਾ ਠੱਥਾ ਤੇ ਡੱਡਾ ਇਹਨਾਂ ਦੇ ਲਈ ਕੋਈ ਜਿਹੜਾ ਅੱਖਰ ਆ ਉਹ ਨਿਸ਼ਚਿਤ ਨਹੀਂ ਹੈ ਤੇ ਪੰਜਾਬੀ ਦੇ ਵਿੱਚ ਨੰਨਾ ਤੇ ਨਾਣਾ ਤੇ ਲੱਲਾ ਤੇ ਲੱਲੇ ਪੈਰੇ ਵਿੰਦੀ ਦੇ ਵਿੱਚ ਅੰਤਰ ਹੈ ਜਦਕਿ ਫਾਰਸੀ ਦੇ ਵਿੱਚ ਕੋਈ ਅੰਤਰ ਨਹੀਂ ਹੈ ਹੁਣ ਜਿਹੜੀ ਫਾਰਸੀ ਲਿਪੀ ਆ ਸੰਜੋਗਾਤਮਕ ਹੂਨ ਕਾਰਨ ਟਾਈਪ ਕਰਨੀ ਵੀ ਔਖੀ ਹੈ ਹੁਣ ਇਹਨਾਂ ਕਾਰਨਾਂ ਕਰਕੇ ਜਿਹੜੀ ਫਾਰਸੀ ਲਿਪੀ ਹੈ ਉਹਨੂੰ ਵੀ ਪੰਜਾਬੀ ਭਾਸ਼ਾ ਲਿਖਣ ਦੇ ਲਈ ਢੁਕਮਾ ਨਹੀਂ ਮੰਨੇ ਜਾਂਦਾ ਹੁਣ ਜਿਹੜਾ ਅਸੀਂ ਇਹ ਤੁਲਨਾਤਮਕ ਅਧਿਐਨ ਕੀਤਾ ਹੈ ਵਿਸ਼ਲੇਸ਼ਣ ਕੀਤਾ ਹੈ ਉਸ ਤੋਂ ਬਾਅਦ ਇਹ ਸਿੱਧਾ ਹੁੰਦਾ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਜਿਹੜੀ ਗੁਰਮੁਖੀ ਲਿਪੀ ਹੈ ਉਹੀ ਸਭ ਤੋਂ ਜ਼ਿਆਦਾ ਢੁਕਵੀਂ ਹੈ ਕਿਉਂਕਿ ਹਰੇਕ ਲਿਪੀ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਦੀ ਧੁਨੀ ਵਿਗਿਆਨਕ ਤੇ ਜਿਹੜੀ ਭਾਸ਼ਾ ਵਿਗਿਆਨਕ ਲੋੜਾਂ ਉਹਦੇ ਅਕੋਰਡਿੰਗ ਹੀ ਸਿਰਜੀ ਜਾਂਦੀ ਹੈ ਇਸ ਕਰਕੇ ਸਿਰਫ ਪੰਜਾਬੀ ਨੂੰ ਲਿਖਣ ਦੇ ਲਈ ਜਿਹੜੀ ਗੁਰਮੁਖੀ ਲਿਪੀ ਹੈ ਉਹੀ ਸੂਟੇ